ਭਾਰਤੀ ਹਾਕੀ ਟੀਮ ਵੱਲੋਂ ਕਾਂਸੇ ਦਾ ਮੈਡਲ ਜਿੱਤਣ ਤੇ ਪਿੰਡ ਤੇਹਿੰਗ ਵਿਖੇ ਖੁਸ਼ੀ ਮਨਾਈ। ਫਿਲੌਰ ਦਾ ਸਕਸਤ ਓਲੰਪਿਕ ਚ ਭਾਰਤੀ ਹਾਕੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਾਰਨ ਕਾਂਸੇ ਦਾ ਮੈਡਲ ਜਿੱਤਿਆ। ਭਾਰਤ ਹਾਕੀ ਟੀਮ ਵੱਲੋਂ ਕਾਂਸੇ ਦਾ ਮੈਡਲ ਜਿੱਤਣ ਤੇ ਪਿੰਡ ਤੇਹਿੰਗ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਨੂਰ ਹਾਕੀ ਅਕੈਡਮੀ ਚਲਾ ਰਹੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ NRI ਵੀਰਾਂ ਦੇ ਸਹਿਯੋਗ ਨਾਲ ਇੱਕ ਨੂਰ ਅਕੈਡਮੀ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਹਾਕੀ ਨੂੰ ਪ੍ਰਫੁੱਲਿਤ ਕਰਨ ਲਈ ਖਿਡਾਰੀਆਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੇ ਹਨ। ਖਿਡਾਰੀਆਂ ਨੂੰ ਸਵੇਰੇ ਤੋਂ ਸ਼ਾਮ ਤੱਕ ਦਾ ਸਾਰਾ ਖਾਣ ਪੀਣ ਦਾ ਸਮਾਨ ਅਤੇ ਵਰਦੀਆਂ ਤੱਕ ਮੁਹੱਈਆ ਕਰਵਾਈਆਂ ਜਾਂਦੀਆਂ ਹਨ। NRI ਵੀਰਾਂ ਵੱਲੋਂ ਕੁਝ ਸਾਲ ਪਹਿਲਾਂ ਪਿੰਡ ਤੇਹਿੰਗ ਵਿਖੇ ਇੱਕ ਨੂਰ ਅਕੈਡਮੀ ਆਰੰਭ ਕੀਤੀ ਗਈ ਸੀ। ਏਕ ਨੂਰ ਅਕੈਡਮੀ ਵੱਲੋਂ ਖਿਡਾਰੀਆਂ ਲਈ ਵਧੀਆ ਕੋਚ ਅਤੇ ਟੂਰਨਾਮੈਂਟ ਖੇਡਣ ਜਾਣ ਲਈ ਬੱਸਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਰਹੀ ਹੈ, ਜਿਸ ਕਾਰਨ ਇਸ ਅਕੈਡਮੀ ਵਿੱਚੋਂ ਕਈ ਵਧੀਆ ਖਿਡਾਰੀ ਪੰਜਾਬ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਜਿਸ ਤੇ ਪਿੰਡ ਵਾਸੀਆਂ ਵੱਲੋਂ ਸਮੂਹ NRI ਵੀਰਾਂ ਦਾ ਧੰਨਵਾਦ ਕੀਤਾ। ਉਹਨਾਂ ਭਾਰਤ ਦੀ ਹਾਕੀ ਟੀਮ ਵੱਲੋਂ ਕਾਂਸੀ ਦਾ ਮੈਡਲ ਜਿੱਤਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹਾਜ਼ਰ ਤੀਰਥ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਲਸਕਰੀ ਰਾਮ, ਪਾਲਾ ਸਿੰਘ, ਜੀਤ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ, ਪ੍ਰੇਮ ਸਿੰਘ, ਪਰਮਜੀਤ ਸਿੰਘ, ਸੁਖਵੰਤ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ। ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਅੱਜ ਜਿਹੜਾ ਪਿੰਡ ਤੇਈ ਵਿਖੇ ਜੋ ਪ੍ਰੋਗਰਾਮ ਹੋ ਰਿਹਾ, ਇਹਦਾ ਇੱਕ ਬਹੁਤ ਵੱਡਾ ਜੋ ਮਕਸਦ ਵੀ ਆ ਤੇ ਖੁਸ਼ੀ ਵੀ ਆ, ਕਿਉਂਕਿ ਸਾਡੇ ਜੋ ਦੇਸ਼ ਦੇ ਹਾਕੀ ਟੀਮ ਓਲੰਪਿਕ ਖੇਡਣ ਦੇ ਵਿੱਚ ਫਰਾਂਸ ਵਿਖੇ ਗਈ ਸੀ, ਉਹਨਾਂ ਨੂੰ ਜੋ ਮੈਡਲ ਮਿਲਿਆ, ਅਸੀਂ ਸਮੂਹ ਨਗਨ ਵਾਸੀ ਸਾਰੇ ਪਤਵੰਤ ਸੱਜਣ ਬੱਚੇ ਸਾਰੇ ਐਨ ਆਰ ਏ ਵੀਰ ਅੱਜ ਪਿੰਡ ਤੇਈ ਦੀ ਜੋ ਗਰਾਊਂਡ ਆ ਇੱਕ ਨੂੰ ਹਾਕੀ ਅਕੈਡਮੀ ਦੇ ਵਿੱਚ ਉਹਦੇ ਵਿੱਚ ਜਸ਼ਨ ਮਨਾ ਰਹੇ ਹਾਂ। ਇੱਡੀ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਆ ਕਿ ਸਾਡੇ ਪਲੇਅਰ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆਏ ਆ। ਸੋ ਆਪ ਜੀ ਨੂੰ ਥੋੜ੍ਹੀ ਜਿਹਾ ਸਾਡੇ ਜੋ ਇਹ ਅਕੈਡਮੀ ਬਣਾਈ ਆ ਉਹਦੇ ਬਾਰੇ ਦੱਸ ਦਈਏ ਕਿ ਇੱਥੇ ਬੱਚਿਆਂ ਨੂੰ ਪੂਰਾ ਇਹਨਾਂ ਦੀ ਸੰਭਾਲ ਕੀਤੀ ਜਾਂਦੀ ਆ, ਜਿਵੇਂ ਸਵੇਰੇ ਇਹਨਾਂ ਨੂੰ ਦੁੱਧ ਪਿਲਾਇਆ ਜਾਂਦਾ, ਕੇਲੇ ਖਿਲਾਏ ਜਾਂਦੇ ਆ, ਬਦਾਮ ਵੀ ਦਿੱਤੇ ਜਾਂਦੇ ਆ, ਸਭ ਕੁਛ ਫਰੀ ਆ, ਏ ਟੂ ਜੈਡ ਇਹਨਾਂ ਦੇ ਦੇਖੋ, ਕਿੱਟਾਂ ਦੇਖ ਲਓ, ਸ਼ੂ ਦੇਖ ਲਓ, ਹਾਕੀਆਂ ਦੇਖ ਲਓ, ਬਾਲ ਦੇਖ ਲਓ, ਜਾਂ ਜੋ ਵੀ ਇਹਨਾਂ ਨੂੰ ਫੈਸਿਲਿਟੀ ਚਾਹੀਦੀ ਹੈ ਇੱਕ ਵਧੀਆ ਪਲੇਅਰ ਬਣਨ ਵਾਸਤੇ, ਉਹ ਸਾਰਾ ਕੁਛ ਇੱਥੇ ਦਿੱਤਾ ਜਾਂਦਾ। ਔਰ ਸਾਨੂੰ ਇੱਕ ਹੋਰ ਬੜੇ ਫਕਰ ਵਾਲੀ ਗੱਲ ਆ ਵੀ ਸਾਡੇ ਜੋ ਅਕੈਡਮੀ ਉਹਦੇ ਵਿੱਚ ਇੱਕ ਬੱਚਾ ਚੰਡੀਗੜ੍ਹ ਅਰਸ਼ਦੀਪ ਸਿੰਘ ਜੋ ਰਾਉਂਡ ਗਲਾਸ ਕੰਪਨੀ ਉਹਦੇ ਤੇ ਤਕਰੀਬਨ 1 ਲੱਖ ਰੁਪਈਆ ਖਰਚ ਕਰਦੀ ਆ, ਉਹ ਵੀ ਬਹੁਤ ਵਧੀਆ ਸਾਡਾ ਪਲੇਅਰ ਬਣਿਆ ਆ, ਤੇ ਤਕਰੀਬਨ 9 ਬੱਚੇ ਸਾਡੇ ਅਕੈਡਮੀ ਦੇ ਵਿੱਚੋਂ ਨੈਸ਼ਨਲ ਜੋ ਖੇਡ ਚੁੱਕੇ ਆ। ਸੋ ਇੱਕ ਬਹੁਤ ਮਾਣ ਵਾਲੀ ਗੱਲ ਆ। ਇੱਥੇ ਮੈਂ ਪੇਰੈਂਟਸ ਨੂੰ ਇਲਾਕਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀ ਬੱਚੇ ਹੁਣ ਦੇਖ ਲਿਆ ਵੀ 8-9 ਸਾਲ ਦੇ ਜਾਂ 7 ਸਾਲ ਦੇ ਹੋ ਗਏ ਆ, ਉਹਨਾਂ ਨੂੰ ਭੇਜਣਾ ਸ਼ੁਰੂ ਕਰੋ। ਔਰ ਉਹ ਬੱਚਾ ਇੱਕ ਤਾਂ ਪਲੇਅਰ ਬਣ ਜਾਊਗਾ, ਨੰਬਰ ਤੋਂ ਸਭ ਤੋਂ ਵੱਡੀ ਗੱਲ ਇਹ ਵੀ ਉਹ ਨਸ਼ਿਆਂ ਤੋਂ ਬਚ ਜਾਊਗਾ, ਜੋ ਅੱਜ ਨਸ਼ੇ ਸਾਡੇ ਦੇਸ਼ ਦੇ ਬੱਚਿਆਂ ਨੂੰ ਖਾ ਰਹੇ ਆ ਔਰ ਰੋਜ਼ ਬੱਚੇ ਮਰ ਰਹੇ ਆ ਨਸ਼ਿਆਂ ਦੇ ਨਾਲ। ਇਹ ਇੱਕ ਬਹੁਤ ਵੱਡਾ ਸਾਡੇ ਇਲਾਕੇ ਦੇ ਵਿੱਚ ਉਹਨਾਂ ਮਾਂ ਬਾਪ ਨੂੰ ਇੱਕ ਬਹੁਤ ਵੱਡਾ ਮੈਸੇਜ ਆ ਕਿ ਆਪਣੇ ਬੱਚੇ ਬਚਾ ਲਓ। ਜਿਹਨਾਂ ਨੇ ਬੱਚੇ ਬਚਾ ਲਏ ਉਹਨਾਂ ਦਾ ਸਭ ਕੁਛ ਬਚ ਗਿਆ, ਹੋਰ ਕੁਛ ਕਰਨ ਦੀ ਲੋੜ ਨਹੀਂ, ਕੇਵਲ ਤੇ ਕੇਵਲ ਆਪਾਂ ਨੂੰ ਸਾਰਿਆਂ ਨੂੰ ਬੱਚਿਆਂ 'ਤੇ ਧਿਆਨ ਦੇਣ ਦੀ ਲੋੜ ਆ। ਸੋ ਬੱਚਿਆਂ ਨੂੰ ਵੀ ਬੇਨਤੀ ਹੈ ਜਿਹਦੇ ਓਵਰ ਏਜ ਹੋ ਜਾਂਦੇ ਉਹ ਵੀ ਹਟੋ ਨਾ, ਖੇਡੀ ਜਾਓ, ਪ੍ਰੈਕਟਿਸ ਕਰੀ ਜਾਓ, ਹੋਰ ਬਹੁਤ ਪਾਰਟੀਸਪੇਟ ਆਉਣੇ ਤੁਹਾਡੀ ਜ਼ਿੰਦਗੀ ਵਿੱਚ, ਉਹ ਕਰੋ, ਹੋਰ ਬਹੁਤ ਜੋਬਾਂ ਨਿਕਲਣੀਆਂ ਉਹਦੇ ਵਿੱਚ ਤੁਸੀਂ ਆਪਣੀਆਂ ਅਪਲਾਈ ਕਰ ਦਿਓ। ਸੋ ਇਹ ਇੱਕ ਬਹੁਤ ਵਧੀਆ ਮੌਕਾ ਆ। ਸੋ ਮੈਂ ਫਿਰ ਦੁਬਾਰਾ ਐਨ ਆਰ ਏ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ। ਦੇਖੋ ਗਰਾਊਂਡ ਸਾਡੀ ਸਾਰੀ ਕਿੰਨੀ ਵਧੀਆ ਆ, ਤਕਰੀਬਨ 45-50 ਲੱਖ ਰੁਪਈਏ ਦੇ ਵਿੱਚ ਇਹ ਸਟਾਰਟਿੰਗ ਦੇ ਵਿੱਚ ਅਸੀਂ ਲਾਇਆ ਸੀ। ਸੋ ਇਹ ਬੱਚਿਆਂ ਨੂੰ ਸਾਰੇ ਰਲ ਮਿਲ ਕੇ ਨਗਰ ਨਿਵਾਸੀ ਐਨ ਆਰ ਏ ਵੀਰ ਹੋਰ ਵੀ ਜਿੰਨੇ ਵੀ ਸਾਡੇ ਯਾਰ ਦੋਸਤ ਆ ਉਹ ਪੂਰੀ ਸਾਨੂੰ ਸਪੋਰਟ ਕਰਦੇ ਆ ਤਾਂ ਕਿ ਜਿਹੜੀ ਏਕਨੂਰ ਹਾਕੀ ਅਕੈਡਮੀ ਆ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਸੋ ਇਹਨਾਂ ਲਫ਼ਜ਼ਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸੁਭਾਗਾ ਦਿਨ ਹੈ ਜੋ ਸਾਡੇ ਇਲਾਕੇ ਦਾ ਮੇਨ ਪਿੰਡ ਤੇਂਗ ਐਨ ਆਰ ਆਈ ਵੀਰ ਸਾਡੇ ਇੱਥੇ ਦੇ ਲੋਕਲ ਵੀਰ ਜਿਹੜੇ ਬਹੁਤ ਵਧੀਆ ਉਪਰਾਲਾ ਕਰਕੇ ਇਸ ਅਕੈਡਮੀ ਨੂੰ ਚਲਾਉਂਦੇ ਆ। ਅਸੀਂ ਫਲੋਰੋਂ ਬੈਠ ਕੇ ਇਹਨਾਂ ਨੂੰ ਵਧਾਈ ਵੀ ਦਿੰਦੇ ਹਾਂ, ਟਾਈਮ ਟੂ ਟਾਈਮ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਪੋਰਟ ਕਰਨ ਦੀ ਵੀ ਕੋਸ਼ਿਸ਼। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਸਾਡੇ ਇਲਾਕੇ ਦਾ ਜਿਹੜਾ ਤੇਂਗ ਪਿੰਡ ਆ ਇੱਕ ਬਹੁਤ ਵੱਡਾ ਉਪਰਾਲਾ ਕਰਦਾ। ਹੁਣੇ ਖਾਲਸਾ ਜੀ ਨੇ ਜੋ ਕੁਲਵਿੰਦਰ ਭਾਜੀ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਨੂੰ ਵੀ ਚਾਹੀਦਾ ਵੱਧ ਤੋਂ ਵੱਧ ਸਹਿਯੋਗ ਕਰਨ, ਵੱਧ ਤੋਂ ਵੱਧ ਬੱਚੇ ਆਪਣੇ ਭੇਜਣ, ਨਸ਼ਿਆਂ ਤੋਂ ਇਹ ਦੂਰ ਰਹਿਣ। ਬੱਚੇ ਐਡਾ ਵੱਡਾ ਖਰਚਾ ਕਰਕੇ ਇਹ ਇਸ ਗਰਾਊਂਡ ਨੂੰ ਬਣਾਇਆ, ਅੱਗੋਂ ਵੀ ਚਲਾਉਂਦੇ ਆ, ਹਰ ਮਹੀਨੇ ਵੀ ਇਹਦੇ ਬਹੁਤ ਜ਼ਿਆਦਾ ਖਰਚਾ ਕਰਦੇ ਆ। ਐਨ ਆਰ ਆਈ ਵੀਰਾਂ ਦਾ ਸਹਿਯੋਗ ਆ, ਤੀਰਥ ਭਾਜੀ ਕੁਲਵਿੰਦਰ ਸਾਰੇ ਪਿੰਡ ਦੀ ਸਨਮਾਨਯੋਗ ਜਿਹੜੀ ਪੰਚਾਇਤ ਆ ਸਾਰੇ ਬਹੁਤ ਵੱਡਾ ਉਪਰਾਲਾ ਕਰਦੇ ਆ। ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਜਿੱਥੇ ਇਹਨਾਂ ਦੇ ਬੱਚੇ ਵੱਡੇ ਵੱਡੇ ਮੁਕਾਮਾਂ ਤੇ ਵੀ ਪਹੁੰਚੇ ਆ, ਅੱਜ ਵੀ ਇੱਥੇ ਬੱਚੇ ਬਹੁਤ ਮਿਹਨਤ ਕਰ ਰਹੇ ਆ। ਬਾਕੀ ਅੱਜ
ਹਿੰਦੁਸਤਾਨ ਦੀ ਟੀਮ ਨੇ, ਇੰਡੀਆ ਦੀ ਟੀਮ ਨੇ ਜੋ ਮੈਡਲ ਬ੍ਰਾਊਂਜ਼ ਜਿੱਤਿਆ ਉਹਦੀ ਸਾਰੇ ਵੰਡ ਕੇ ਖੁਸ਼ੀ ਮਨਾਵਾਂਗੇ ਤੇ ਸਾਰੀ ਟੀਮ ਨੂੰ ਸਾਡੇ ਵੱਲੋਂ ਵਧਾਈਆਂ, ਪਿੰਡ ਤੇਂਗ ਵੱਲੋਂ ਵਧਾਈਆਂ, ਇਹਨਾਂ ਬੱਚਿਆਂ ਨੂੰ ਵੀ ਵਧਾਈਆਂ। ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇਂਗ ਪਿੰਡ ਵਾਲੇ ਵਾਸੀਆਂ ਦਾ ਕਿ ਬਹੁਤ ਵੱਡਾ ਉਪਰਾਲਾ ਹੈ ਤੁਹਾਡਾ, ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਇਲਾਕੇ ਦਾ ਬਹੁਤ ਬਹੁਤ ਖਿਆਲ ਰੱਖਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।